ਤੇ ਹੁਣ ਅਗਲੀ ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਕੁਝ ਮਹੀਨੇ ਪਹਿਲਾਂ ਆਇਰਨ ਹਾਂਡਾ ਕੰਪਨੀ ਦੇ ਮਾਲਕ ਅਸ਼ਵਨੀ ਹਾਂਡਾ ਤੇ ਉਹਨਾਂ ਦੇ ਕੈਸ਼ੀਅਰ ਨੂੰ ਜ਼ਖਮੀ ਕਰਕੇ 25 ਲੱਖ ਰੁਪਏ ਲੁੱਟਣ ਵਾਲੇ ਗਰੋਹ ਦੇ ਮੁੱਖ ਸਰਗਣੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਿਕਰਮ ਸਿੰਘ ਉਰਫ ਟਿੱਕਾ ਜੋ ਇਸ ਗਰੋਹ ਦਾ ਮੁੱਖ ਦੋਸ਼ੀ ਹੈ, ਉਹ ਇੱਕ ਇਲਾਕੇ ਵਿੱਚ ਆਉਣ ਵਾਲਾ ਹੈ, ਜਿਸ ਦੇ ਆਧਾਰ ਤੇ CIA ਸਟਾਫ ਨੇ ਪੂਰਾ ਜਾਲ ਵਿਛਾ ਲਿਆ ਅਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਬਾਕੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ। 25 ਲੱਖ ਦੀ ਖੋਹ ਹੋਈ ਸੀਗੀ ਅੱਜ ਤੋਂ 10ਵੇਂ ਮਹੀਨੇ ਦੇ ਵਿੱਚ, ਇੱਥੇ ਪਿਛਲੇ ਸਾਲ ਦੇ ਵਿੱਚ। ਉਹਦੇ 'ਚ ਇੱਕ ਅਸੀਂ ਬੰਦਾ ਗ੍ਰਿਫਤਾਰ ਕੀਤਾ ਆ, ਬਿਕਰਮਜੀਤ ਸਿੰਘ ਟਿੱਕਾ। ਇਹ ਭਗੌੜਾ ਸੀਗਾ, ਇਹਨੂੰ ਗ੍ਰਿਫਤਾਰ ਕੀਤਾ। ਇਹਦੇ ਤੋਂ ਸੋਨੇ ਦੀ ਚੇਨ ਹੈ, 5000 ਰੁਪਈਆ, ਛੋਟੀ ਕੁਹਾੜੀ ਚਾਕੂ ਹੈ ਇਹਦੇ ਕੋਲ ਬਰਾਮਦ ਹੋਇਆ, ਇੱਕ ਮੋਟਰਸਾਈਕਲ ਦਾ। ਚਾਰ ਆਲਰੇਡੀ ਗ੍ਰਿਫਤਾਰ ਹੋ ਚੁੱਕੇ, 5599 ਦੇ ਵਿੱਚ ਇਹਦਾ ਆਲਰੇਡੀ ਜਿਹੜੇ ਹਥਿਆਰ ਨੇ ਉਹ ਵੀ ਬਰਾਮਦ ਹੋ ਚੁੱਕੇ ਨੇ। ਇਹਨਾਂ ਦਾ ਇੱਕ ਸਾਥੀ ਹੋਰ ਰਹਿੰਦਾ ਹਜੇ, ਮਨੀਸ਼ ਕੁਮਾਰ। ਕਿੰਨੀ ਰਿਕਵਰੀ ਹੋਈ? 12.5 ਲੱਖ ਰੁਪਏ ਦੀ ਰਿਕਵਰੀ ਹੋ ਗਈ ਹੈ।